ਭਾਰਤੀ ਰਿਜ਼ਰਵ ਬੈਂਕ ਨੇ ਜੂਨ 2024 ਦਾ ਆਪਣਾ ਮਹੀਨਾਵਾਰ ਬੁਲੇਟਿਨ ਜਾਰੀ ਕੀਤਾ ਹੈ ਜਿਸ ਵਿੱਚ ਭਾਰਤ ਦੀ ਜੀਡੀਪੀ ਤੇ ਅਰਥ ਵਿਵਸਥਾ ਦੀ ਸਥਿਤੀ ਤੇ ਮੁਦਰਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਤਿਮਾਹੀ ਵਿੱਚ ਭਾਰਤੀ ਅਰਥਚਾਰਾ ਮਜ਼ਬੂਤ ਬਣਿਆ ਹੈ ਅਤੇ ਅਪ੍ਰੈਲ ਅਤੇ ਜੂਨ ਦੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 7.4 ਫੀਸਦੀ ਰਹਿ ਸਕਦੀ ਹੈ ਹਾਈ ਫ੍ਰੀਕੁਐਂਸੀ ਅੰਕੜੇ ਇਹ ਦੱਸਦੇ ਨੇ ਕਿ ਅਰਥਚਾਰੇ ਵਿੱਚ ਮਜ਼ਬੂਤ ਮੰਗ ਬਣੀ ਹੋਈ ਹੈ ਤੇ ਇਹ ਸਾਰੇ ਸੈਕਟਰਾਂ ਵਿੱਚ ਨਜ਼ਰ ਆ ਰਹੀ ਹੈ। ਆਰਬੀਆਈ ਨੇ ਉਮੀਦ जताई ਹੈ ਕਿ ਇਸ ਸਾਲ ਔਸਤ ਮਹਿੰਗਾਈ 4.5% ਰਹਿ ਸਕਦੀ ਹੈ ਜੋ ਬੀਤੇ ਸਾਲ 5.4% ਸੀ। ਖੇਤੀਬਾੜੀ ਲਈ ਇਹ ਬਿਹਤਰ ਸੰਭਾਵਨਾਵਾਂ ਤੇ ਮੌਨਸੂਨ ਵਿੱਚ ਵੀ ਸੁਧਾਰ ਦੀ ਉਮੀਦ ਹੈ।